ਹਾਂਜੀ ਤੇ ਇੱਥੇ ਜੇ ਨਾ ਅਲੀ ਰਜ਼ਾ ਹੋਰਾਂ ਲਈ ਪਹੁੰਚ ਆਈ ਤਾਂ ਅਲੀ ਰਜ਼ਾ ਸਾਰੇ ਹੈ ਸੂਟ ਜੇ ਨਾ ਅੰਮੀ ਉਹਦੀ ਜੇ ਨਾ ਦਿਖਾ ਦਿੱਤੇ ਨੇ, ਇੱਕ ਜੇ ਨਾ ਆ ਹੈਗਾ ਲੀਲਾਣੇ 'ਚ ਹੈਗਾ, ਇੱਕ ਆ ਹੈਗਾ, ਇਹ ਬਿਲਕੁਲ ਉਵੇਂ ਜੇ ਨਾ ਬੱਧਾ ਸੂਟ ਹੈਗਾ, ਇਸ ਤਰ੍ਹਾਂ ਦੇ ਥੱਲੇ ਜੇ ਨਾ ਇਸ ਤਰ੍ਹਾਂ ਦੀ ਆਹ ਵਾਲੀ ਸਲਵਾਰ ਹੈਗੀ, ਤਾਂ ਆਹ ਉੱਤੇ ਜੇ ਨਾ ਕਮੀਜ਼ ਆ ਜੇ ਨਾ ਫੁੱਲ ਕਾਫੀ ਜੇ ਨਾ ਪਿਆਰੇ ਜੇ ਨਾ ਬਣੇ ਹੋਏ ਨੇ, ਇਸ ਤਰ੍ਹਾਂ ਤੁਹਾਨੂੰ ਥੋੜ੍ਹਾ ਜੇ ਨਾ ਖੋਲ ਕੇ ਦਿਖਾ ਦੇ ਇਸ ਤਰ੍ਹਾਂ ਕਰ, ਤੇ ਇੱਕ ਜਿਹੜਾ ਉਹ ਹੀ ਉਵੇਂ ਜਿਹੜਾ ਪੈਕਿੰਗ ਹੋਈ ਹੋਈ ਆ, ਅਤੇ ਇੱਕ ਆਹ ਵਾਲਾ ਸੂਟ ਹੈਗਾ, ਇਹ ਕਿਰਨ ਸ਼ਹਜ਼ਾਦੀ ਨੇ ਜਿਹੜਾ ਲਿਆ ਹੈਗਾ, ਉਦੋਂ ਲਿਆ ਸੀ ਜਦੋਂ ਸਮੂਹ ਲੱਭਾ ਜਿਹੜਾ ਠੀਕ ਠਾਕ ਤੰਦਰੁਸਤ ਹੈਗੇ ਸੀ, ਮਕਸੂਦ ਅਲੀ ਜਿਹੜਾ ਮਹਿੰਦੀ ਵਾਸਤੇ ਚੱਲ ਜਿਹੜਾ ਬਈ ਲੈ ਲੈਂਦੇ ਹਾਂ, ਅਤੇ ਸਿਲਾਈ ਸਲੂਈ ਕਰਦੇ ਜਾਂਦੇ ਆ, ਟਿਕਟ ਜਿਹੜਾ ਕਾਫੀ ਟਾਈਮ ਹੋ ਜਾਣਾ, ਤਾਂ ਉਹਨੇ ਹੁਣ ਕੱਢਿਆ ਹੈਗਾ ਕਿਉਂਕਿ ਹੁਣ ਵੀ ਸਮੂਹ ਲੋ ਜਿਹੜਾ ਤਿਆਰੀਆਂ ਹੀ ਵਿੱਚ ਹੈਗੇ ਸੀ, ਇਸ ਸਮੂਹ ਲੋ ਪਹਿਲੀ ਨੂੰ ਜਿਹੜਾ ਜਾ ਕੇ ਦਿਨ ਵਗੈਰਾ ਜਿਹੜਾ ਰੱਖਣੇ ਆ, ਤੋ ਤੂੰ ਫਿਰ ਜਿਹੜਾ ਫੌਤਕੀ ਹੋ ਗਈ, ਹੁਣ ਵੇਖਣੇ ਆ ਕੀ ਹਿਸਾਬ ਕਿਤਾਬ ਲੱਗਦਾ, ਇਨਸ਼ਾਅੱਲਾ ਉਹ ਵੀ ਫਿਰ ਆਦ ਪੈਣ ਪਈਆਂ ਜਿਹੜਾ ਸ਼ੇਅਰ ਕਰਾਂਗੀ। ਉਹ ਆਇਤ ਪੈਕਿੰਗ ਹੋਏ ਹੁਣ ਤਾਂ ਮੈਂ ਕਿ ਚਲੋ ਆਹ ਜਿਹੜਾ ਖੁੱਲ੍ਹਾ ਹੈਗਾ ਇਹ ਆਲ ਜਿਹੜਾ ਦਿਖਾ ਦਿੰਦਾ, ਤਾਂ ਕਿੰਨੀ ਪਿਆਰੀ ਜਿਹੜਾ ਕਢਾਈ ਹੋਈ ਹੋਈ ਆ, ਤਾਂ ਕਾਫੀ ਪਿਆਰਾ ਜਿਹੜਾ ਮਾਸ਼ਾਅੱਲਾ ਬਣਿਆ ਹੋਇਆ ਇਸ ਤਰ੍ਹਾਂ ਕਰ। ਆਹ ਜਿਹੜਾ ਸ਼ਲਵਾਰ ਅਤੇ ਆਹ ਜਿਹੜਾ ਅਲੈਦਾ ਜਿਹੜਾ ਬਾਜ਼ੂ ਹੈਗੇ ਨੇ, ਅਤੇ ਆਹ ਜਿਹੜਾ ਦੁਪੱਟਾ, ਇਸ ਤਰ੍ਹਾਂ ਕਰਕੇ ਦੁਪੱਟੇ 'ਤੇ ਜਿਹੜਾ ਕਢਾਈ ਹੋਈ ਹੋਈ ਆ ਕਿਉਂਕਿ ਆਹ ਪੈਕਿੰਗ ਹੋਏ ਹੋਏ ਨੇ, ਮੈਂ ਫਿਰ ਜਿਹੜਾ ਇਵੇਂ ਜਿਹੜਾ ਬਾਜੀ ਨੂੰ ਕਹੇ ਨੇ ਮੇਰੇ ਦਿਲ ਆਹ ਲੱਗੇ ਨੇ, ਮੈਂ ਦੋ ਜਿਹੜਾ ਆਹ ਤੁਸੀਂ ਜਿਹੜਾ ਦੇ ਲਿਆ, ਬਾਕੀ ਆਹ ਬਾਜੀ ਹੋਰਾਂ ਜਿਹੜਾ ਸਾਬਣ, ਇੱਕ ਜਿਹੜਾ ਨਾਵਣ ਵਾਲੀ ਚੱਕੀ 'ਚ, ਦੂਸਰਾ ਜਿਹੜਾ ਕੱਪੜਿਆਂ ਵਾਲਾ ਸਰਫ ਕਹਿ ਰਹੀ ਆ, ਉੱਥੇ ਜਿਹੜਾ ਰਸਤੇ 'ਚ ਜਿਹੜਾ ਲੈ ਲਵਾਂਗੇ, ਅਤੇ ਇਹ ਆਲਾ ਬਾਜੀ ਜਿਹੜਾ ਉੱਥੇ ਜਿਹੜਾ ਜਾ ਕੇ ਦੇਣੇ ਹੈਗੇ ਨੇ, ਮੈਂ ਚੱਲ ਜਿਹੜਾ ਆਪਦੇ ਪੈਣ ਪਈਆਂ ਜਿੰਨਾ ਕੁ ਹੈਗਾ ਥੋੜ੍ਹਾ ਬਹੁਤਾ ਜਿਹੜਾ ਉਹ ਵਾਲਾ ਜਿਹੜਾ ਸ਼ੇਅਰ ਕਰਕੇ ਜਿਹੜਾ ਦਿਖਾ ਦਿੰਦੇ ਹਾਂ। ਇਸ ਤਰ੍ਹਾਂ ਕਰਕੇ ਰੱਖ ਦੇਣੀ ਕਿਉਂਕਿ ਸਿਲਾਈ ਕਰਾਉਣਾ ਇਹਨੇ, ਅਜੇ ਥੋੜ੍ਹੀ ਜਿਹੀ ਇਹਨੂੰ ਜਿਹੜਾ ਦੋ ਕੇ ਸੁੱਕਣੇ ਪਾ ਦੇ ਸਨ, ਅਤੇ ਉਸ ਤੋਂ ਬਾਅਦ ਜਿਹੜਾ ਸਿਲਾਈ ਕਰਾਉਣ ਵਾਸਤੇ ਜਿਹੜਾ ਦੇ ਦੇਣ, ਅਤੇ ਆਹ ਮੈਂ ਕਿਹਾ ਬਾਜੀ ਹੋਰਾਂ ਨੂੰ ਚੱਲ ਜਿਹੜਾ ਰਹਿਣ ਦਿਓ, ਅਤੇ ਉਹਨਾਂ ਦੋਵਾਂ ਜਿਹੜਾ ਜਿਹੜਾ ਦੇ ਤੁਹਾਡਾ ਦਿਲ ਮੰਨਦਾ ਹੈਗਾ ਨਾ ਉਹ ਵਾਲਾ ਉਹਨੂੰ ਜਿਹੜਾ ਦੇ ਦਿਓ, ਕਿਉਂਕਿ ਜਿਹਦਾ ਬੰਦਾ ਫੌਤ ਹੋਇਆ ਨਾ ਬਾਜੀ ਹੋਰੀ ਉਹਦੇ ਵਾਸਤੇ ਜਿਹੜਾ ਲੈ ਕੇ ਜਾ ਰਹੇ ਨੇ। ਬਿਸਮਿਲਾਰਮਾਰਹੀਮ ਅਸਲਾਮ ਵਾਲੇਕੁਮ, ਮੈਂ ਪਿਆਰ ਬੈਣ ਦੀ ਜਾਂਦੀ ਰਹੋ, ਖੁਸ਼ ਰਹੋ, ਬਾਦ ਰਹੋ, ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ। ਅਲਹਮਦੁਲਿਲਾ ਮੈਂ ਬਿਲਕੁਲ ਠੀਕ ਠਾਕ ਹਾਂ, ਉਮੀਦ ਕਰਨੀ ਕਿੰਨੇ ਕਿ ਮੇਰੇ ਭੈਣ ਬਸਨ ਬਿਲਕੁਲ ਠੀਕ ਠਾਕ ਖਰੀਅਤ ਹੋ ਸੀ। ਤਾਂ ਅੱਜ ਦੇ ਵਲਾਗ ਸ਼ੁਰੂ ਕਰਨੇ, ਸਭ ਤੋਂ ਪਹਿਲੇ ਸਾਰਿਆਂ ਭੈਣ ਬਿਨ ਸੁਬਹ ਔਖਾ ਹੈ, ਅਤੇ ਮੌਸਮ ਜਿਹੜਾ ਬਹੁਤ ਜ਼ਬਰਦਸਤ ਬਣਿਆ ਕਿਉਂਕਿ ਸੁਬਹ ਸੁਬਹ ਜਿਹੜਾ ਬਾਰਿਸ਼ ਆਈ ਆ, ਨਾਸ਼ਤੇ ਦੀ ਵਲਾਗ ਜਿਹੜਾ ਵੀਡੀਓ ਬਣਾਉਣੀ ਸੀ, ਲੇਕਿਨ ਜਿਹੜਾ ਜਲਦੀ ਜਲਦੀ ਨਾ ਉੱਤੇ ਜਿਹੜਾ ਅੱਗ ਬਾਲੀ ਹੋਈ ਸੀ, ਜਲਦੀ ਨੇ ਜਿਹੜਾ ਰੋਟੀਆਂ ਬਣਾਈਆਂ ਬੱਚਿਆਂ ਨੂੰ ਦਿੱਤੇ, ਬੱਚੇ ਸਮੂਹ ਨੂੰ ਜਿਹੜਾ ਬਾਰਾ ਛੇਤੀ ਗਏ ਨੇ, ਹਲਕੀ ਫੁਲਕੀ ਸੀ ਬਾਰਾ ਹੈਗੀ, ਅਜੇ ਥੋੜ੍ਹੀ ਜਿਹੜਾ ਮਾੜੀਆਂ ਮੋਟੀਆਂ ਕਣੀਆਂ ਪਈਆਂ ਨੇ, ਲੇਕਿਨ ਜ਼ਿਆਦੀਆਂ ਨਹੀਂ, ਬਸ ਜਿਹੜਾ ਮਾੜੀਆਂ ਮੋਟੀਆਂ ਜਿਹੜਾ ਹੁਣ ਦੁਬਾਰਾ ਜਿਹੜਾ ਪਈਆਂ ਨੇ, ਅਤੇ ਸੂਰਜ ਜਿਹੜਾ ਇਸ ਸਾਈਡ ਜਿਹੜਾ ਨਿਕਲ ਰਿਹਾ, ਅਤੇ ਬੱਦਲ ਜਿਹੜਾ ਹਜੇ ਥੋੜ੍ਹੀ ਵੀ ਹੈਗੇ ਨੇ, ਲੇਕਿਨ ਜਿਹੜਾ ਜ਼ਿਆਦਾ ਨਹੀਂ ਨੇ ਜਿਸ ਤਰ੍ਹਾਂ ਬਾਰਾ ਛਾਲੇ ਹੁੰਦੇ ਨੇ, ਅਤੇ ਮੌਸਮ ਜਿਹੜਾ ਕਾਫੀ ਪਿਆਰਾ ਜਿਹੜਾ ਸਮੂਹ ਲਾ, ਦੂਸਰਾ ਤੀਸਰਾ ਦਿਨ ਨਾ ਜ਼ਬਰਦਸਤ ਬਣਿਆ ਹੋਇਆ,
ਅਤੇ ਅੱਜ ਜਿਹੜਾ ਚੱਲਣਾ ਖਤਮੇ ਪਾਕ 'ਤੇ ਵੀ, ਅਤੇ ਦੂਸਰਾ ਜਿਹੜਾ ਨਲਕੇ ਦੇ ਪੈਸੇ ਉਹ ਵੀ ਜਿਹੜਾ ਦੇ ਆਉਣੇ ਨੇ ਆਪਦਾ ਨੂੰ, ਉਹ ਜਿਹੜਾ ਫਿਰ ਉੱਥੇ ਜਿਹੜਾ ਨਲਕਾ ਜਿਹੜਾ ਲਵਾ ਦੇਵੇਗੀ, ਜਗ੍ਹਾ ਜੁਗਾ ਹਰ ਚੀਜ਼ ਜਿਹੜਾ ਉਹਨੂੰ ਕੱਲ੍ਹ ਦੀ ਕਹਿ ਦਿੱਤੀ ਆ ਵੀ ਜਿਹਨਾਂ ਨੇ ਲਵਾ ਦੇਣਾ ਹੈਗਾ ਉਹਨਾਂ ਨੂੰ ਕਵੇ ਵੀ ਕਿਧਰੇ ਚਲੇ ਵੀ ਜਾਂਦੇ ਨੇ ਸਾਨੂੰ ਜਿਹੜਾ ਜਗ੍ਹਾ ਦੱਸੀ ਜਾਣ ਵੀ ਇੱਥੇ ਜਿਹੜਾ ਲਵਾਉਣਾ ਹੈਗਾ, ਜਾਂ ਫਿਰ ਜਿਹੜਾ ਕੱਪੜੇ ਉਹ ਮੈਂ ਜਿਹੜਾ ਧੋ ਕੇ ਇੱਥੇ ਜਿਹੜਾ ਸੁੱਕਣੇ ਪਾ ਦਿੱਤੇ। ਬੱਤੀ ਜਿਹੜੀ ਕੋਈ ਨਹੀਂ, ਸੋਲਰ ਜਿਹੜਾ ਚੱਲ ਰਿਹਾ ਅੱਲਾ ਪਾਕ ਦਾ ਸ਼ੁਕਰ ਆ, ਸੋਲਰ ਜਿਹੜਾ ਠੀਕ ਹੋ ਗਿਆ, ਸਾਨੂੰ ਸਮਝਣ ਟੈਨਸ਼ਨ ਹੀ ਕੋਈ ਨਹੀਂ। ਨਲਕਾ ਹੈਗਾ ਇੱਥੇ ਆਰਾਮ ਸਕੂਨ ਨਾਲ ਜਿਹੜਾ ਬਰਤਨ ਕੱਪੜੇ ਹਰ ਚੀਜ਼ ਜਿਹੜਾ ਧੋ ਕੇ ਸਕੂਨ ਨਾਲ ਬੰਦਾ ਜਿਹੜਾ ਵਿਹਲਾ ਹੋ ਜਾਂਦਾ। ਅਤੇ ਸ਼ੁਕਰ ਹੈ ਅੱਲਾ ਪਾਕ ਦਾ, ਦੁਕਾਨ ਹੈ ਕਿ ਜਿੰਨਾ ਕਿ ਸਮਾਨ ਆ ਗਿਆ ਸੁਬਹ, ਮਾਸ਼ਾਅੱਲਾ ਮਾਸ਼ਾਅੱਲਾ ਕਾਫੀ ਸਾਰੇ ਗਾਹਕ ਗੂਹਕ ਆ ਨੇ, ਤੇਲ ਦੇ ਵੀ ਆਏ ਨੇ। ਬਾਕੀ ਜਿਹੜਾ ਨਾ ਇੱਕ ਹੋਰ ਗੱਲ ਦੱਸ ਦੇਵਾਂ, ਜਾਂ ਫਿਰ ਇਹਦੀ ਗੱਲ ਬਿਲਕੁਲ ਸਹੀ ਗੱਲ ਆਈ ਸੀ, ਬੋਤਲਾਂ ਦੇ ਜਿਹੜਾ ਉਹਨਾਂ ਦੇ ਦੋ ਗਾਹਕ ਆਏ, ਮੇਰੀ ਦਿਲ ਹੈਗੀ ਆ ਇੱਕ ਦੋ ਦਿਨਾਂ ਸੇਲ ਰੱਖ ਕੇ ਨਾ, ਅਤੇ ਬੋਤਲਾਂ ਜਿਹੜਾ ਉਹ ਵਾਲੀਆਂ ਵੀ ਲੈ ਆਉਂਦੇ ਹਾਂ, ਕਿਉਂਕਿ ਅਜੇ ਥੋੜ੍ਹੀ ਬਹੁਤੀ ਗਰਮੀ ਫਿਰ ਵੀ ਹੈਗੀ ਆ, ਅਤੇ ਕੋਈ ਮਹਿਮਾਨ ਆ ਜਾਂਦਾ ਫਿਰ ਉਹਨਾਂ ਨੂੰ ਜਿਹੜੀ ਜ਼ਰੂਰਤ ਹੁੰਦੀ, ਇਨਸ਼ਾਅੱਲਾ ਉਹ ਵਾਲੀਆਂ ਜਿਹੜੀਆਂ ਲੈ ਆਵਾਂਗੇ। ਅਤੇ ਸਭ ਤੋਂ ਪਹਿਲਾਂ ਹੁਣ ਜਿਹੜਾ ਬਾਹਰ ਮੇਰੇ ਖਿਆਲ 'ਚ ਕੋਈ ਜਿਹੜਾ ਗਾਹਕ ਆਇਆ ਤਾਂ ਉੱਥੋਂ ਸੌਦਾ ਜਿਹੜਾ ਦੇ ਲਈਏ, ਫਿਰ ਬਾਕੀ ਦੇ ਕੰਮ ਜਿਹੜਾ ਬਾਅਦ 'ਚ ਕਰਨੇ ਆ। ਜੀ ਅਤੇ ਗਾਹਕ ਨੂੰ ਜਿਹੜਾ ਸੌਦਾ ਦੇ ਦਿੱਤਾ, ਜ਼ੇਬ ਅਲੀ ਨੂੰ ਬਿਠਾਇਆ ਮੈਂ ਕਿ ਜਿੰਨੀ ਟਾਈਮ ਜਿਹੜਾ ਰਹਿੰਦਾ ਸਕੂਲ ਦਾ ਤੁਸੀਂ ਜਿਹੜਾ ਇੱਥੇ ਆਰਾਮ ਨਾਲ ਬੈਠੋ। ਜ਼ੇਬ ਅਲੀ ਜਿਹੜਾ ਮੂੰਹ ਸਾਰਾ ਅੰਦਰਲੀ ਸਾਈਡ ਤੋਂ ਹੀ ਫੁੱਲ ਗਿਆ, ਬਾਹਰਲੀ ਸਾਈਡ ਤੋਂ ਹੀ ਆ, ਵੇਖੋ ਇਸ ਤਰ੍ਹਾਂ ਇੰਝ ਕਰਕੇ ਨੇ ਬੁਖਾਰ ਇੰਨਾ ਜ਼ਿਆਦਾ ਹੋਇਆ ਨਾ, ਅਤੇ ਉੱਤੋਂ ਗਰਮ ਦਵਾਈਆਂ ਅਤੇ ਗਰਮ ਸਮੁੰਦ ਨੂੰ ਟੀਕੇ ਲਗ ਲਾ ਕੇ ਵਿਚਲੀ ਸਾਈਡ ਸਾਰੀ ਸਮੁੰਦ ਲਾਈ ਜਿਹੜਾ ਖੁੱਲ੍ਹੀ ਪਈ ਆ। ਸੁਬਹਾ ਜਿਹੜਾ ਜ਼ੇਬ ਅਲੀ ਤੋਂ ਨਾਸ਼ਤਾ ਹੀ ਜਿਹੜਾ ਉਹ ਵੀ ਨਹੀਂ ਹੋਇਆ, ਅਤੇ ਇਹਨਾਂ ਸਾਈਡਾਂ 'ਤੇ ਜਿਹੜਾ ਪਤਾ ਨਹੀਂ ਕੀ ਵਜ੍ਹਾ ਹੈਗੀ ਆ, ਇਸ ਸਾਈਡ 'ਤੇ ਇੰਝ ਕਰਕੇ ਨਾ ਇੰਨੀ ਵੱਡੀ ਜਿਹੜਾ ਗਿਲਤੀ ਜੀ ਥੱਲੇ ਵਾਲੀ ਸਾਈਡ 'ਤੇ ਜਿਹੜਾ ਬਣੀ ਖਲੋਤੀ ਆ ਇੱਥੇ ਕਰਕੇ, ਅਤੇ ਕਾਫੀ ਸਾਰੀ ਜਿਹੜਾ ਇਹ ਦਰਦ ਆਉਂਦੀ ਆ, ਹਜੇ ਤੁਹਾਡੀ ਬਿਲਕੁਲ ਵਿੱਚ ਹੀ ਹੈਗੀ, ਅਜੇ ਬਾਹਰ ਨਹੀਂ ਆਈ, ਅਤੇ ਲੇਕਿਨ ਦਰਦ ਜ਼ੇਬ ਅਲੀ ਕਹਿ ਰਿਹਾ ਮੀ ਜਿਹੜਾ ਕਾਫੀ ਸਾਰੀ ਆਉਂਦੀ ਹੈ। ਇਹ ਵੀ ਅੱਜ ਜਿਹੜਾ ਡਾਕਟਰ ਨੂੰ ਜਿਹੜਾ ਚੈੱਕ ਕਰਾਵਾਂਗੇ, ਅਤੇ ਉੱਤੇ ਚੱਲਣੀ ਆ ਕਿ ਕੋਵੇਂ ਜਿਹੜਾ ਸੁਬਹਾ ਨਾਸ਼ਤਾ ਬਣਾਇਆ ਹਨ, ਤੋਵੇਂ ਜਿਹੜਾ ਸਵੇਰਾ ਨੇ ਕਿਹਾ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਪੂੰਝ ਕੇ ਅਤੇ ਅੰਦਰ ਜਿਹੜਾ ਰੱਖ ਦੇਵੀ, ਕੋਈ ਚੀਜ਼ ਬਾਹਰ ਨਾ ਪਈ ਹੋ, ਅਤੇ ਬੱਦਲ ਜਿਹੜਾ ਦੁਬਾਰਾ ਤੋਂ ਫਿਰ ਜਿਹੜਾ ਆ ਗਿਆ। ਅੱਜ ਮੈਂ ਕਹਿ ਰਹੀ ਹਾਂ ਬੱਦਲਾਂ ਦੇ ਤੈਨ ਜਿਹੜਾ ਪਤਾ ਨਹੀਂ ਜਿਹੜਾ ਖਤਮੇ ਪਾਕ 'ਤੇ ਜਾ ਹੁੰਦਾ ਜਾਂ ਨਹੀਂ ਹੁੰਦਾ, ਕਿਉਂਕਿ ਜਿਹੜਾ ਖਤਮੇ ਪਾਕ 'ਤੇ ਵੀ ਜਾਣਾ ਉੱਧਰ ਜਿਹੜਾ ਆਪਦਾ ਲਈ ਜਾਣਾ ਹੈਗਾ, ਅਤੇ ਤਾਂ ਦੀ ਪਰ ਸਮਾਂ ਥੋੜ੍ਹਾ ਜਿਹੜਾ ਜਲਦੀ ਨਾ ਨਿਕਲ, ਜਾਂ ਫਿਰ ਲਈ ਆਇਆ ਤਾਂ ਉਸ ਤੋਂ ਬਾਅਦ ਜਿਹੜਾ ਸੋਚਾਂਗੇ। ਅਤੇ ਗਲਹਿੜੀਆਂ ਬੈਠੀਆਂ ਹੋਈਆਂ ਨੇ ਇੱਥੇ, ਇਹਨਾਂ ਦੀ ਆਵਾਜ਼ਾਂ ਚੈੱਕ ਕਰੋ। ਇੱਕ ਦੂਸਰੇ ਨੂੰ ਕੋਈ ਬੋਲੀ ਮਾਰ ਕੇ ਜਿਹੜਾ ਸਮਝਾਉਂਦੇ ਨੇ, ਇਹਨਾਂ ਨੂੰ ਸਮਝ, ਜਿਸ ਤਰ੍ਹਾਂ ਆਪਾਂ ਨੂੰ ਆਪਣੀ ਬੋਲੀ ਦੀ ਸਮਝ ਆਉਂਦੀ ਹੈ ਨਾ, ਇਵੇਂ ਇਹਨਾਂ ਨੂੰ ਆਪਣੀ ਬੋਲੀ ਦੀ ਜਿਹੜਾ ਸਮਝ ਆ ਜਾਂਦੀ। ਅਤੇ ਮੈਂ ਤਾਂ ਨਜ਼ਦੀਕ ਹੀ ਆਈ ਹਾਂ, ਖੜ੍ਹੇ ਨੇ ਉਹ ਦੌੜ ਕੇ, ਕਿੰਨੇ ਪਿਆਰੇ ਲੱਗ ਰਹੇ ਨੇ। ਅਤੇ ਟਾਹਲੀ ਬਿੱਲੋਰਾਂ ਦੀ ਕਾਫੀ ਹਰੀ ਭਰੀ ਹੋ ਗਈ ਆ, ਕਿਉਂਕਿ ਬਾਰਿਸ਼ ਜਿਹੜਾ ਹਲਕੀ ਫੁਲਕੀ ਜਿਹੜਾ ਆਉਂਦੀ ਰਹਿੰਦੀ ਆ, ਅਤੇ ਬਹੁਤ ਜ਼ਬਰਦਸਤ ਪਲੇਟਾਂ ਬਿਲਕੁਲ ਜਿਹੜਾ ਸਾਫ਼ ਸੁਥਰੀਆਂ ਹੈਗੀਆਂ ਨੇ, ਗੱਟਾ ਮਿੱਟੀ ਬਿਲਕੁਲ ਗਾਇਬ ਹੈਗਾ। ਕਿੰਨੇ ਦਿਨ ਸਮਝ ਜਿਹੜਾ ਬਾਰਿਸ਼ ਹਲਕੀ ਫੁਲਕੀ ਆਉਂਦੀ ਨਹੀਂ ਨਾ, ਉਨੇ ਦਿਨ ਗੱਟਾ ਬਿਲਕੁਲ ਛੱਤਾਂ 'ਤੇ ਕੋਈ ਨਹੀਂ ਆਉਣਾ, ਅਤੇ ਸਾਈਡਾਂ 'ਤੇ ਕੋਈ ਨਹੀਂ ਆਉਣਾ। ਅਤੇ ਜਦੋਂ ਧੁੱਪ ਨਿਕਲਦੀ ਨਾ, ਉਦੋਂ ਸਮਝ ਲਓ ਇੱਧਰੋਂ ਆਧਰੋਂ ਜਿਹੜਾ ਗੱਟਾ ਉੱਡ ਕੇ ਥੋੜ੍ਹੀ ਬਹੁਤੀ ਆਉਂਦੀ ਆਵੇ ਨਾ, ਅਤੇ ਸਾਰੀਆਂ ਪਲੇਟਾਂ ਜਿਹੜਾ ਖਰਾਬ ਹੋ ਜਾਂਦੀਆਂ ਨੇ। ਮਾਸ਼ਾਅੱਲਾ ਮੈਂ ਆਖਿਆ ਥੋੜ੍ਹਾ ਬਹੁਤਾ ਗਾਓ ਜਿਹੜਾ ਉਹ ਵਾਲਾ ਦਿਖਾ ਦੇਵਾਂ, ਮਾਸ਼ਾ ਕਿੰਨਾ ਪਿਆਰਾ ਬਿਲਕੁਲ ਨਾਪ ਧੋਪ ਕੇ ਸਾਫ਼ ਸੁਥਰਾ ਹੋਇਆ ਕੁੜਤਾ, ਜ਼ਬਰਦਸਤ ਹੋ ਗਿਆ।
ਜਿਹੜੇ ਨਾ ਟੋਟਲੀ ਸਵੇਰਾ ਜਿਹੜੇ ਨਾ ਉੱਤੇ ਰੱਖ ਦਿੱਤੀਆਂ ਸੀ, ਸਿਰਫ ਜਿਹੜੇ ਨਾ ਲੱਕੜਾਂ ਹੀ ਬਾਹਰ ਜਿਹੜੇ ਨਾ ਦੋ ਤਿੰਨ ਰਹਿ ਗਈਆਂ, ਕੋਈ ਥੋੜ੍ਹੀਆਂ ਬਹੁਤੀਆਂ ਲੱਕੜਾਂ ਜਿਹੜੇ ਨਾ ਚੱਕ ਕੇ ਉਹ ਵੀ ਰੱਖੀਆਂ ਸੀ, ਮੰਜਾ ਜਿਹੜੇ ਅੰਦਰ ਖਲਾ ਕਰ ਦਿੱਤਾ। ਮੈਂ ਸੋਚ ਰਹੀ ਹਾਂ ਥੋੜ੍ਹੀਆਂ ਬਹੁਤੀਆਂ ਉਹ ਰੱਖ ਦੇਣੀ, ਕਿਉਂਕਿ ਜਿਹੜੇ ਨਾ ਖੁਸ਼ਕ ਹੋ ਜਾਸਣ ਅਤੇ ਸਮੁੰਨ ਫਿਰ ਜਿਹੜੇ ਨਾ ਬਾਲਣੀਆਂ ਆਸਾਨ ਹੋ ਜਾਂਦੀਆਂ ਨੇ। ਜ਼ਿਆਦਾਤਰ ਲੱਕੜਾਂ ਜਿਹੜੇ ਨਾ ਇਸਤੇਮਾਲ ਹੁੰਦੀਆਂ ਨੇ ਦੂਸਰੇ 'ਚ ਤੰਦੂਰ 'ਚ, ਕਿਉਂਕਿ ਤੰਦੂਰ ਫਿਰ ਜਿਹੜੇ ਨਾ ਲੱਕੜਾਂ ਦਾ ਹੀ ਬਾਲਣ ਜਿਹੜੇ ਨਾ ਪਾਉਂਦੇ ਹਾਂ। ਟਾਣ ਤਾਂ ਸਮੁੰਨ ਲਾਉਣ ਬਿਲਕੁਲ ਜਿਹੜਾ ਖਤਮ ਹੋ ਗਈ ਹੈ, ਕੋਈ ਥੋੜ੍ਹੀ ਬਹੁਤੀ ਹੈਗੀ ਉਹ ਹੀ ਸਮੁੰਨ ਲਓ ਬਾਰਿਸ਼ਾਂ ਲਾਉਣ ਬਿਲਕੁਲ ਜਿਹੜਾ ਬੁੱਗੀ ਹੋ ਗਈ ਆ, ਇਹਨਾਂ ਦਾ ਬਾਲਣ ਫਿਰ ਜਿਹੜਾ ਥੋੜ੍ਹੀ ਦੇਰ ਜਿਹੜਾ ਤਾਗ ਜਾਂਦਾ ਹੈਗਾ। ਅਤੇ ਰੋਟੀਆਂ ਜਿਹੜਾ ਮਾਸ਼ਾਅੱਲਾ ਤੁਸੀਂ ਦੇਖਦੇ ਨੇ ਬੜੀਆਂ ਜ਼ਬਰਦਸਤ ਜਿਹੜਾ ਬੜੀਆਂ ਪਿਆਰੀਆਂ ਜਿਹੜਾ ਬਣ ਜਾਂਦੀਆਂ, ਜਿੰਨੀਆਂ ਵੀ ਹੋਣ, ਚਾਹੇ ਇੱਕ ਤੋਂ ਹੋਵੇ ਦੋ ਹੋਣ, ਜਿੰਨੀਆਂ ਹੋਣ ਰੋਟੀਆਂ ਜਿਹੜਾ ਮਾਸ਼ਾਅੱਲਾ ਜ਼ਬਰਦਸਤ ਜਿਹੜਾ ਬਣ। ਲੱਕੜਾਂ ਜਿਹੜਾ ਚੱਕ ਕੇ ਅੰਦਰ ਰੱਖਣੇ ਆ ਫਿਰ ਆਦ ਬਹਿਣ ਵੀ, ਅਤੇ ਜਾਂ ਫਿਰ ਵੇਖਣੀ ਆ ਨਾ ਆਉਂਦਾ ਪਿਆ ਕਿ ਨਹੀਂ ਆਉਂਦਾ ਪਿਆ। ਮੁੱਲ ਜਿਹੜਾ 8 ਵੱਜ ਗਏ ਨੇ, 8 ਤਕਰੀਬਨ ਵੱਜ ਗਏ ਨੇ, ਜੇਬ ਵਾਲੀ ਨੂੰ ਵੇਚਣੀ ਆ ਉੱਧਰ ਜਿਹੜੇ ਨਾ ਬਾਈ ਹੋਰੀ ਜਿਹੜੇ ਨਾ ਉਹ ਵੀ ਅਜੇ ਥੋੜ੍ਹੇ ਪੱਠੇ ਜਿਹੜੇ ਨਾ ਵੱਢ ਰਹੇ ਨੇ ਇੱਥੋਂ। ਬਾਈ ਹੋਰੀ ਆਪਣੀ ਜਿਹੜੇ ਨਾ ਜਵਾਰ ਦਾ ਬੀਜ ਜਿਹੜੇ ਨਾ ਉਹ ਵਾਲ ਖਿਲਾਰ ਰਹੇ, ਬਾਈ ਹੋਰਾਂ ਨੇ ਜਿਹੜੇ ਨਾ ਜਾਣਾ ਹੈਗਾ, ਕਿਉਂਕਿ ਬਾਈ ਹੋਰਾਂ ਦਾ ਦੱਸ ਦੇਵਾਂ ਸਮੁੰਦ ਜਿਸ ਤਰ੍ਹਾਂ ਅਸੀਂ ਜਟਕੇ ਅਲਫਾਜ਼ ਵਿੱਚ ਕਹਿੰਦੇ ਹਾਂ ਸਾਡੂ ਲੱਗਦਾ ਹੈਗਾ, ਸਮੁੰਦ ਸਾਲੀ ਦਾ ਬੰਦਾ ਉਹ ਫੋਤ ਹੋਇਆ, ਕਿਉਂਕਿ ਆਹ ਮੇਰੀ ਨਾਲ ਵਾਲੀ ਦਰਾਣੀ ਦਾ ਬਹਿਨ ਉਹ ਹੀ ਹੈਗਾ ਸੀ, ਉਹ ਵਾਲਾ ਫੋਤ ਹੋਇਆ, ਫਿਰ ਸਮੁੰਦ ਜਿਹੜਾ ਸੋੜਾ ਥਾਂ ਹੈਗਾ, ਅਤੇ ਅੱਜ ਜਿਹੜਾ ਖਤਮੇ ਪਾਕ 'ਤੇ ਜਾਣਾ ਜਿਹੜਾ ਜ਼ਰੂਰੀ ਹੈਗਾ ਤਾਂ, ਪਰ ਜਾਂ ਨਹੀਂ ਜਿਸ ਤਰ੍ਹਾਂ ਮੌਸਮ ਬਣਿਆ ਖੋਤਾ ਨਾ ਬਹੁਤ ਜ਼ਿਆਦਾ ਜਿਹੜਾ ਡਰ ਲੱਗ ਰਿਹਾ ਪਿੱਛੋਂ ਜਿਹੜਾ ਬੱਚੇ ਵੀ। ਭਾਈ ਮਿਸਤਰੀ ਅੱਜ ਭਾਈ ਮਿਸਤਰੀ ਹੋਰਾਂ ਦੇ ਆਟਾ ਉੱਟਾ ਜਿਹੜਾ ਗੁੰਨ ਕੇ ਕਿਰਨ ਨੂੰ ਦੇ ਜਾਵਾਂਗੀ, ਅਤੇ ਉਹ ਹੀ ਜਿਹੜਾ ਰੋਟੀਆਂ ਅਤੇ ਬਾਕੀ ਜਿਹੜਾ ਉਹਨੂੰ ਸਬਜ਼ੀ ਵਗੈਰਾ ਜਿਹੜਾ ਉਹ ਵੀ ਦੇ ਦੇਵਾਂਗੇ, ਸਾਲਣ ਬਣਾ ਕੇ ਦੇ ਦੇਸੀ, ਅਤੇ ਰੋਟੀਆਂ ਜਿਹੜਾ ਉਹ ਵੀ ਲਾ ਕੇ ਉਹਨਾਂ ਨਾਲ ਪਹੁੰਚਾ ਦੇਸੀ। ਦੁੱਧ ਜਿਹੜਾ ਅੱਜ ਕਿਲੋ ਜਿਹੜਾ ਰੱਖ ਦਿੱਤਾ ਹੈਗਾ, ਚਾਹ ਬਣਾ ਕੇ ਉਹ ਵੀ ਦੁਪਹਿਰ ਟਾਈਮ ਜਿਹੜਾ ਦੇ ਦੇਣਗੇ, ਕਿਉਂਕਿ ਜਿਹੜਾ ਫਿਰ ਸਾਨੂੰ ਜਿਹੜਾ ਲੇਟ ਹੋ ਜਾਣੀਆਂ, ਅਗਰ ਹੁਣ ਪਕਾ ਕੇ ਰੱਖਾਂ ਨਾ ਫਿਰ ਬਿਲਕੁਲ ਜਿਹੜਾ ਠੰਡੀਆਂ ਹੋ ਜਾਣੀਆਂ, ਬਿਲਕੁਲ ਖਾਣ ਦੇ ਜਿਹੜਾ ਸਮੁੰਦ ਨਹੀਂ ਹੋਣੀਆਂ। ਅਤੇ ਤਾਂ ਦੀ ਪਰ ਮੈਂ ਉਹਨਾਂ ਨੂੰ ਕਿਹਾ, ਉਹਨਾਂ ਕਿਹਾ ਕੋਈ ਟੈਨਸ਼ਨ ਨਾ ਲਓ, ਅਸੀਂ ਜਿਹੜਾ ਪਕਾ ਕੇ ਰੋਟੀਆਂ ਜਿਹੜਾ ਦੇ ਦੇਵਾਂਗੇ, ਤੁਸੀਂ ਜਿਹੜਾ ਬਿਜ਼ਨਸ ਤਾਂ ਹੀ ਨਾ ਜਿਹੜਾ ਬੇਫਿਕਰੇ ਹੋ ਕੇ ਜਿਹੜਾ ਚਲੇ ਜਵਾਇ, ਇਹ ਟੈਨਸ਼ਨ ਜਿਹੜਾ ਖਤਮ ਹੋਈ ਰੋਟੀਆਂ ਵਾਲੀ ਵੀ। ਅਤੇ ਹੁਣ ਭਾਈ ਮਿਸਤਰੀ ਹੋ ਜੀ ਮੇਰੇ ਖਿਆਲ ਹੈ ਚਾਹ ਕੇ ਆਉਣੇ, ਨਹੀਂ ਤਾਂ ਆਉਂਦੇ ਹੋਣੇ, ਬਲਕਿ ਆਏ ਨਾ ਤਾਂ ਉਹਨਾਂ ਨੇ ਆ ਕੇ ਜਿਹੜਾ ਤੇਲ ਉਹ ਵਾਲ ਲੈਣਾ ਹੈਗਾ, ਆਉਂਦੇ ਨੇ ਤਿੰਨ ਸਾਲਾਂ ਫਿਰ ਦੰਦ ਪੈਣਾ ਬਈ ਜਿਹੜਾ ਉਹ ਵੀ ਸ਼ੇਅਰ ਕਰਾਂਗੇ। ਇੱਥੇ ਪਹੁੰਚ ਆਈਆਂ ਗਾਹਕ ਪਹੁੰਚੇ ਉਹਨੇ ਛੋਟੇ ਛੋਟੇ, ਅੱਜ ਤਾਂ ਬਿੱਲੋ ਹੀ ਜਿਹੜਾ ਆਦਾ, ਬਿੱਲੋ ਬੈਗ ਤਾਂ ਤੇਰਾ ਸਾਰਾ ਪਾਟਾ ਪਿਆ, ਬਿੱਲੋ ਦਾ ਬੈਗ ਹੀ, ਬਿੱਲੋ ਮੂੰਹ ਬੈੜਾ ਕਰ ਲੈ, ਨਹੀਂ ਆਪਾਂ ਨਵਾਂ ਲਾ ਲਈ ਸਾਂ, ਕਿਉਂਕਿ ਬਿੱਲੋ ਜਿਹੜਾ ਇੱਥੋਂ ਵਾਲੀ ਜੇਬ ਉਤਲੀ ਖਰਾਬ ਹੋਈ ਹੋਈ ਆ, ਆਹ ਖਰਾਬ ਹੋਈ ਹੋਈ ਆ, ਇਸ ਤਰ੍ਹਾਂ ਦਾ ਬੈਗ ਬਿੱਲੋ ਦਾ ਟੁੱਟੀਆਂ। ਚਲੋ ਜਦੋਂ ਤੇਰਾ ਆਬੂ ਆਇਆ ਨਾ, ਜਦੋਂ ਆ ਕਰ ਅੱਜ ਸਾਡੀ ਨੌਕਰੀ ਆ ਜਾਵੇ ਨਾ, ਤੇ ਤੈਨੂੰ ਬੈਗ ਜਿਹੜਾ ਲਾ ਦਿਸਾਂ, ਲੈਣਾ ਹੈ ਕਹਿੰਦੀ ਲੈਣਾ ਲੈ ਦੇਵਾਂਗੇ ਇਨਸ਼ਾਅੱਲਾ, ਸਾਡੇ ਥੋੜ੍ਹੇ ਜਿਹਾ ਲਾਭ ਸਿੱਧੇ ਹੁੰਦੇ ਨੇ, ਤਾਂ ਬਿੰਦੂ ਨੂੰ ਜਿਹੜਾ ਪਰ ਜ਼ਰੂਰ ਬੈਗ ਜਿਹੜਾ ਲੈ ਕੇ ਦੇਵਾਂਗੇ। ਨਾਂਜੇ ਅੰਦੇ ਨੇ ਕੀ ਲੈਂਦੇ ਨੇ, ਕਿਉਂਕਿ ਇਰਾਮ ਅਤੇ ਮੰਮਾ ਦਾ ਲਈ ਅਤੇ ਬਿੱਲੋ ਇਹ ਇੱਕੇ ਕਲਾਸ ਵਿੱਚ ਹੈਗੇ ਨੇ, ਤਾਂ ਜਿਹੜਾ ਪੜ੍ਹਦੇ ਨੇ। ਹੁਣ ਬਿੱਲੋ ਹੀ ਸਿਆਣੀ, ਹੁਣ ਤੂੰ ਜਿਹੜਾ ਨਾ ਤੂੰ ਇੱਥੇ ਜਦੋਂ ਆਪੇ ਸਾਵਣ, ਠੀਕ ਹੈ ਨਾ, ਇੱਥੇ ਆ ਸਾਡੇ ਲਈ ਜਿਹੜਾ ਕੁਰਾਨੇ ਪਾਕ ਪੜ੍ਹਨਾ, ਠੀਕ ਹੈ ਨਾ। ਹਾਂ ਬਿੱਲੋ ਸਿਆਣੀ ਬਣਦੀ ਜਾਂਦੀ ਹੁਣ, ਚਲੋ ਜਿਹੜਾ ਬਿਸਕਟ ਲੈਂਦਾ ਉਹਨੂੰ ਬਿਸਕਟ ਦੇ, ਜਿਹੜੀ ਦੂਸਰੀ ਚੀਜ਼ ਲੈਂਦਾ।
ਜਾਂ ਫਿਰ ਲਈ ਪੱਠੇ ਲੈ ਕੇ ਤੇ ਪਹੁੰਚਿਆ, ਬੱਤੀ ਜਿਹੜਾ ਕੋਈ ਨਹੀਂ ਕਿਉਂਕਿ ਪੱਠੇ ਜਿਹੜਾ ਆ ਕੁਤਰ ਕੇ ਅਸੀਂ ਜਿਹੜਾ ਜਾਣੇ। ਹਾਂਜੀ ਹਾਂ, ਨਲਕੇ ਲਈ ਜਾਣਾ ਬਿਲਕੁਲ ਇਵੇਂ ਗੱਲ। ਅੱਲਾ ਖੈਰ ਕਰਸੀ, ਕੀ ਕਰੀਏ ਮੁੜੋ, ਦੋਵਾਂ ਸਾਈਡ ਘਰ ਵੀ ਵਾਪਸ ਆਉਣਾ, ਇਵੇਂ ਗੱਲ ਆ। ਹਾਂ ਰੋਟੀ ਕਹੀ ਹੈ ਦੂਸਰੀ ਨੂੰ, ਅਲੀ ਰਜ਼ਾ ਦੀ ਭੈਣ ਨੂੰ ਉਹਨੇ ਕਿਹਾ ਮੈਂ ਪਕਾ ਕੇ ਜਿਹੜਾ ਦੇਸਾਂ 'ਚ ਪਾਈ ਮਿਸਤਰੀ, ਉਹ ਆਖਿਆ ਹੈ ਦੂਸਰਾ ਕਿਰਨ ਨੂੰ, ਉਹਨੇ ਆਖਿਆ ਮੈਂ ਪਕਾ ਕੇ ਜਿਹੜਾ ਦੇ ਦੇਸਾਂ। ਹਾਂ ਸੱਚੀ ਇੱਕ ਗੱਲ ਤਾਂ ਜਿਹੜਾ ਦੱਸਣੀ ਵੀ ਆਪਦੇ ਭੈਣ ਭਾਈ ਨੇ ਬੋਲ ਗਈ, ਉਹ ਗੱਲ ਕਿਹੜੀ ਹੈਗੀ ਆ, ਬਿੱਲੋ ਹੋਰਾਂ ਦੀ ਮਾਂ ਸੂਈਏ, ਹਾਂ ਨੁਮਾਨ ਓਲਾ ਨੁਮਾਨ ਅਲੀ ਹੋਰਾਂ ਦੀ, ਹਾਂ ਸੌਦਾ ਕਰ ਲਾ ਪਹਿਲੇ ਤਾਂ ਆਖਦਾ ਪਿਆ ਮੈਂ ਕੱਟੀ ਲੈਣੀ ਆ, ਕੱਟਾ ਕਿਉਂ ਮਾਜ ਨੇ ਦਿੱਤਾ ਹੈਗਾ, ਤੇ ਹੁਣ ਪਿਆਂਦਾ ਨਹੀਂ ਚਲੋ ਕੱਟਾ ਹੀ ਸਹੀ। ਹਾਂ ਕੱਟਾ ਚੱਲ ਕੇ ਆਦ ਭੈਣ ਭਾਈਆਂ ਜਿਹਨਾਂ ਦੀ ਖਾਨੇ ਆ, ਸਾਡੀ ਤਾਂ ਕੱਟੋ ਜਿਹੜਾ ਇੱਥੇ ਆਰਾਮ ਫਰਮਾ ਰਹੀ ਆ, ਆਦਾ ਆਰਾਮ ਸਕੂਨ ਨਾਲ ਜਿਹੜਾ ਸੁੱਤੀ ਪਈ ਆ, ਠੰਡੀ ਠੰਡੀ ਜਗ੍ਹਾ ਹੈਗੀ ਆ, ਅਤੇ ਧੁੱਪ ਧੁੱਪ ਕੋਈ ਨਹੀਂ, ਤਾਂ ਆਰਾਮ ਨਾਲ ਸੁੱਤੀ ਪਈ ਆ। ਮੂੰਹ ਅੱਗੇ ਜਿਹੜਾ ਬੋਤਲ ਲਾਈ ਹੋਈ ਆ, ਕਿਉਂਕਿ ਥੱਲੋਂ ਵਾਲੀ ਸਾਈਡ ਜਿਹੜਾ ਮੱਟੀ ਖਾਂਦੀ ਆ ਫਿਰ ਬਿਮਾਰ ਹੋ ਜਾਏ, ਆਂਗਣਾ ਵੇਖ ਪੈਂਦੀ। ਬਾਰਿਸ਼ਾਂ ਦੇ ਪਾਣੀ ਵੇਖੋ ਜਮ੍ਹਾਂ ਹੋਏ ਪਏ। ਨੁਮਾਨ ਅਲੀ ਜਿਹੜਾ ਆਪਦੇ ਕੱਟੇ ਕੋਲ ਖੜ੍ਹਾ ਹੋਇਆ, ਆਹ ਵਾਲਾ ਕੱਟਾ ਹੈਗਾ ਮਾਸ਼ਾਅੱਲਾ ਪਿਆਰਾ, ਤੇ ਜਿਹੜਾ ਬੜਾ ਸਾਡੀ ਕੱਟੀ ਨਾਲ ਤਾਂ ਵੱਡਾ ਤੇਰਾ ਕੱਟਾ, ਦੇਣਾ ਹੀ ਸੌਦਾ ਕਰ ਲਾ, ਸਾਡੀ ਕੱਟੀ ਲੈ ਲਾ ਤੇ ਕੱਟਾ ਦੇ ਚ, ਹੁਣ ਨਾ ਹੀ ਕਰਨੀ, ਪਿਆਰਾ ਲੱਗਦਾ ਹੈ ਲਾ। ਸਾਹਮਣੇ ਜਿਹੜਾ ਮੱਝਾਂ ਉੱਥੇ ਜਿਹੜਾ ਉੱਥੇ ਸਾਈਡ 'ਤੇ ਬਣੇ, ਓਲੇ ਵਾਲੀ ਮੱਝ ਨੇ ਜਿਹੜਾ ਇਹ ਵਾਲੀ ਇਹਨਾਂ ਦੀ ਹੈਗੀ ਆ, ਅਤੇ ਇਹਨੇ ਜਿਹੜਾ ਕੱਟਾ ਦਿੱਤਾ ਮਾਸ਼ਾਅੱਲਾ। ਜਾਂ ਫਿਰ ਲਈ ਤੇਲ ਲੈ ਕੇ ਆ ਗਿਆ ਟੋਕੇ ਨੂੰ ਜਿਹੜਾ ਲਾਊ, ਅੱਲਾ ਕਰੇ ਹੁਣ ਤਾਂ ਬੱਤੀ ਆ ਜਾਵੇ ਤੇ ਤਾਂ ਹੀ ਸਾਰਾ। ਚਲੋ ਸਹੀ ਹੋ ਗਿਆ, ਅਤੇ ਮੈਂ ਜਾ ਰਹੀ ਹਾਂ ਦੂਸਰਾ, ਅਲੀ ਰਜ਼ਾ ਦੀ ਅੰਮੀ ਕਹਿ ਰਹੀ ਹੈ ਇੱਕ ਵਾਰੀ ਉਹ ਰਹੋ, ਕਿਉਂਕਿ ਉਹਨੇ ਕੋਈ ਜਿਹੜਾ ਦੇਣ ਲੈਣਾ ਹੈਗਾ ਕੱਪੜੇ ਵਗੈਰਾ, ਇਸ ਤਰ੍ਹਾਂ ਜਿਹੜਾ ਸਮੂਹ ਲੋਕ ਖਤਾ ਮਲ ਦੇਣ ਜਿਹੜਾ ਵੀ ਕਿ ਕਿਹੜਾ ਸੂਟ ਸਹੀ ਹੈਗਾ ਉਹ ਜਿਹੜਾ ਦੇ ਲੈ ਲੈਂਦੇ ਹਾਂ, ਜਿਹੜਾ ਸਹੀ ਨਹੀਂ ਹੈਗਾ ਉਹ ਚੱਲ ਜਿਹੜਾ ਘਰੇ ਰੱਖ ਦਿੰਦੀ ਹਾਂ, ਤਾਂ ਉਹ ਚੱਲ ਕੇ ਜਿਹੜਾ ਮਸ਼ਵਰਾ ਬਾਜੀ ਔਰਾਂ ਨੂੰ ਚੱਲ ਕੇ ਦਿੰਦੇ ਹਾਂ, ਅਤੇ ਬੱਕਰੀਆਂ ਜਿਹੜੀਆਂ ਇੱਥੇ ਬੰਨੀਆਂ ਹੋਈਆਂ ਨੇ, ਇਹਨਾਂ ਨੂੰ ਮੌਜਾਂ ਹੈਗੀਆਂ ਨੇ ਆਦ, ਉੱਥੇ ਜਿਹੜਾ ਪਾਣੀ ਹੈਗਾ ਪਾਣੀ ਅੱਗੇ ਖੁਸ਼ਕ ਹੋ ਗਿਆ ਦੁਬਾਰਾ, ਫਿਰ ਜਿਹੜਾ ਪਾਣੀ ਜਮ੍ਹਾਂ ਹੋ ਗਿਆ ਕਿਉਂਕਿ ਬਾਰਿਸ਼ਾਂ ਜਿਹੜਾ ਆਉਣੀਆਂ ਸ਼ੁਰੂ ਹੋ ਗਈਆਂ ਨੇ ਉਹਨਾਂ ਦੀ ਬਾਹਰੋਂ। ਭਾਈ ਔਰਾਂ ਨੂੰ ਮਹਿਮਾਨ ਆਏ ਹੋਏ ਸੀ, ਅਤੇ ਹੁਣ ਮੇਰੇ ਖਿਆਲ ਜਿਹੜਾ ਚਲੇ ਗਏ ਨੇ। ਬਿੱਲੋ ਜਿਹੜਾ ਇਕੱਲੀ ਫਿਰਦੀ ਆ, ਕਿਤੇ ਗਈ ਅੰਮੀ ਬੰਨੀ ਜਾਂਦੀ, ਇਹ ਨਿੱਕੀ ਬਿੱਲੋ ਖੋ ਜਾ ਖੋ ਜਾ ਖੋ ਜਾ, ਨਾ ਭਰਾਂ ਵੀਡੀਓ ਨਾ ਬਣਾਵਾਂ, ਨਾ ਬਣਾ ਮੈਂ ਤਾਂ ਬਣਾਉਣੀ ਨਾ ਬਣਾਵਾਂ। ਬਾਜੀ ਹੋਰਾਂ ਜਿਹੜਾ ਪਸੰਦ ਕਰਕੇ ਸੂਟ ਜਿਹੜਾ ਦੇ ਦਿੱਤੇ ਨੇ, ਮੈਂ ਕਿਹਾ ਹਾਲੇ ਜਿਹੜਾ ਤੁਸੀਂ ਦੇ ਦਿਓ ਠੀਕ ਆ, ਬਾਕੀ ਬਾਜੀ ਜਿਹੜਾ ਗਾਰ ਗੂਰ ਦੇ ਕੰਮ ਜਿਹੜਾ ਕਰ ਲੈਂਦੀ ਹੈਗੀ ਆ, ਅਤੇ ਫਿਰ ਜਿਹੜਾ ਸੋਹਣੇ ਅੱਲਾਂ ਯਾਦ ਕਰਕੇ ਚੱਲਦੇ ਹਾਂ ਨਾਲ ਜਿਹੜਾ, ਜਾਂ ਫਿਰ ਲਈ ਪੱਠੇ ਪੁੱਠੇ ਜਿਹੜਾ ਕੁਤਰ ਲੈਂਦੇ ਨੇ, ਫਿਰ ਜਿਹੜਾ ਇੱਕੋ ਵਾਰੀ ਸਾਰੇ ਜਿਹੜਾ ਰਲ ਕੇ ਨਿਕਲਾਂਗੇ, ਅਤੇ ਰਲ ਕੇ ਜਿਹੜਾ ਫਿਰ ਵਾਪਸ ਆ ਜਾਵਾਂਗੇ। ਅਤੇ ਆ ਛੋਟਾ ਜਿਹਾ ਵਿਆਹ ਕਰਨੀ ਇੱਥੇ ਖਤਮ, ਆਦੇ ਬਣ ਬਿਕ ਲੈਣੀ ਜਦ ਢੇਰ ਸਾਰੀਆਂ ਦੁਆਵਾਂ 'ਚ ਆਪਣਾ ਹੀ ਖਿਆਲ ਖਿਆਲ ਸਿੱਤਾਂ ਨੂੰ ਯਾਦ ਰੱਖਣਾ, ਅੱਲਾ ਹਾਫਿਜ਼, ਅੱਲਾ ਨਿਗਹਿਬਾਨ।